ਇੱਥੋਂ ਤੱਕ ਪ੍ਰਾਈਮ ਅਕਿਊਜ਼ ਦੀ ਗੱਲ ਆ ਅੰਮ੍ਰਿਤਪਾਲ ਸਿੰਘ ਦੀ, ਉਹਦੇ 'ਤੇ ਕੁਛ ਅਪਡੇਟਸ ਹੈਗੇ ਆ। ਉਹਦੇ ਵਿੱਚ ਜਿਹੜੀ ਲੇਟੈਸਟ ਗੱਲ ਸਾਹਮਣੇ ਆਈ ਹੈ, ਉਹਦਾ ਰੂਟ ਲਗਾਤਾਰ ਪੁਲਿਸ ਟਰੈਕ ਕਰ ਰਹੀ ਹੈ। ਹੁਣ ਤੱਕ ਜਿਹੜੇ 207 ਬੰਦੇ ਅਸੀਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਇਸ ਕੇਸ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਡਿਟੇਨ ਕੀਤੇ ਆ, ਸੈਕਸ਼ਨ ਦੇ ਵਿੱਚ ਉਹਨਾਂ ਵਿੱਚੋਂ 30 ਲੋਕ ਐਸੇ ਆ, 30 ਬੰਦੇ ਐਸੇ ਆ ਜਿਹੜੇ ਕ੍ਰਿਮੀਨਲ ਕੇਸਿਸ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਪਾਈ ਜਾਏਗੀ। ਬਾਕੀ 177 ਜਿਹੜੇ ਇਹ 'ਚ ਡਿਟੇਨ ਕੀਤੇ ਆ ਉਹਨਾਂ ਦੇ ਖਿਲਾਫ਼ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਕਿ ਸਟੇਟ ਦੇ ਵਿੱਚ ਪੀਸ ਨੂੰ ਮੇਨਟੇਨ ਕਰਨ ਵਾਸਤੇ ਟੈਂਪਰੇਰੀ ਤੌਰ 'ਤੇ ਐਕਸ਼ਨ ਲਿਆ ਗਿਆ, ਔਰ ਉਹ 177 ਨੂੰ ਅਸੀਂ ਵੈਰੀਫਾਈ ਕਰਕੇ ਜਲਦੀ ਅਸੀਂ ਰਿਲੀਜ਼ ਕਰਾਂਗੇ, ਉਹਨਾਂ ਨੂੰ ਲੰਬਾ ਟਾਈਮ ਲਈ ਅੰਦਰ ਨਹੀਂ ਰੱਖਿਆ ਜਾਊ। ਸੋ ਇਹ ਪੱਖ ਬਹੁਤ ਹੀ ਜਿਹੜਾ ਵਾ ਸੰਵੇਦਨਸ਼ੀਲਤਾ ਦੇ ਨਾਲ ਦੇਖਿਆ ਜਾ ਰਿਹਾ ਕਿ ਕਿਸੇ ਵੀ ਯੂਥ ਨੂੰ, ਕਿਸੇ ਵੀ ਪਬਲਿਕ ਦੇ ਬੰਦੇ ਨੂੰ ਇਸ ਐਕਸ਼ਨ ਦੇ ਵਿੱਚ ਅਨਨੈਸੈਸਰੀ ਹਰਾਸਮੈਂਟ ਨਾ ਹੋਵੇ। ਜਿੱਥੋਂ ਤੱਕ ਪ੍ਰਾਈਮ ਅਕਿਊਜ਼ ਦੀ ਗੱਲ ਆ ਅੰਮ੍ਰਿਤਪਾਲ ਸਿੰਘ ਦੀ, ਉਹਦੇ 'ਤੇ ਕੁਛ ਅਪਡੇਟਸ ਹੈਗੇ ਆ। ਉਹਦੇ ਵਿੱਚ ਜਿਹੜੀ ਲੇਟੈਸਟ ਗੱਲ ਸਾਹਮਣੇ ਆਈ ਹੈ, ਉਹਦਾ ਰੂਟ ਲਗਾਤਾਰ ਪੁਲਿਸ ਟਰੈਕ ਕਰ ਰਹੀ ਹੈ। ਜਲੰਧਰ ਰੂਰਲ ਪੁਲਿਸ ਵੀ ਲੱਗੀ ਹੋਈ ਆ ਉਹਨਾਂ ਦੇ ਨਾਲ, ਬਾਕੀ ਜਿਹੜੇ ਸਾਡੇ ਵਿੰਗਸ ਆ ਉਹ ਵੀ ਹੈਲਪ ਕਰ ਰਹੇ ਆ। ਔਰ ਜੋ ਦੇਖਣ 'ਚ ਆਇਆ ਕਿ ਉੱਥੋਂ ਦੌੜਨ ਤੋਂ ਬਾਅਦ ਲਾਸਟ ਦੇ ਉੱਤੇ ਸ਼ੇਖੂਪੁਰਾ ਹੈਗਾ ਇੱਕ ਜਗ੍ਹਾ ਬਿਲਗੇ ਦੇ ਲਾਗੇ, ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਦੇ ਲਾਗੋਂ ਇਹਨਾਂ ਨੇ ਇੱਕ ਬਾਈਕ ਲਈ। ਫਿਰ ਕਾਫੀ ਦੇਰ ਕੋਸ਼ਿਸ਼ ਕੀਤੀ ਕਿ ਕਿਉਂਕਿ ਦਰਿਆ ਕਰੋਸ ਕਰਨ ਵਾਸਤੇ ਬੇੜੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਬੇੜੀ ਨਹੀਂ ਲੱਭੀ ਫਿਰ ਜਿਹੜਾ ਲਾਡੋਵਾਲ ਦੇ ਲਾਗੇ ਇੱਕ ਪੁਰਾਣਾ ਪੁਲ ਆ, ਪਰਲੇ ਪਾਸੇ ਇੱਕ ਪੁਰਾਣਾ ਪੁਲ ਹੈਗਾ ਲਾਡੋਵਾਲ ਦੇ ਲਾਗੇ, ਉਹ ਪੁਲ ਕਰੋਸ ਕਰਕੇ ਉਸ ਤੋਂ ਬਾਅਦ ਇੱਕ ਹਾਰਡੀਜ਼ ਵਰਡ ਜਗ੍ਹਾ ਹੈ, ਉਹਦੇ ਲਾਗੋਂ ਰਾਤ ਦੇ ਟਾਈਮ ਦੇ ਉੱਤੇ ਪਹਿਲਾਂ ਉੱਥੋਂ ਆ ਕੇ ਈਵਨ ਲਾਡੋਵਾਲ ਰੇਲਵੇ ਸਟੇਸ਼ਨ ਦੇ ਆਸ ਪਾਸ ਵੀ ਗਏ। ਫਿਰ ਇਹ ਜਿਹੜੇ ਨਾਲੇ ਦੇ ਐਸੋਸੀਏਟ ਸੀ ਅਤੇ ਉੱਥੋਂ ਇੱਕ ਆਟੋ ਲਿਆ ਗਿਆ, ਔਰ ਅਲਟੀਮੇਟਲੀ ਜਿਹੜੀ ਇਹਨਾਂ ਦੀ ਫਰਦਰ ਜਦੋਂ ਜਦੋਂ ਅਸੀਂ ਅੱਗੇ ਅੱਗੇ ਚੱਲੇ ਗਏ ਟ੍ਰੇਲ ਕਰਦੇ ਗਏ ਤਾਂ ਲਾਸਟ ਜਿਹੜਾ ਸੀ ਹਰਿਆਣਾ ਦੇ ਵਿੱਚ ਜਿਹੜੀ ਸਾਡੇ ਕੋਲ ਇੱਕ ਪੁੱਛਗਿੱਛ ਵੀ ਆਈ, ਗੁਰਪੇਜ ਭੇਜਾ ਜਿਹੜਾ ਫੜਿਆ ਸੀਗਾ ਉਹਨੇ ਵੀ ਦੱਸਿਆ ਸੀਗਾ ਕਿ ਹਰਿਆਣਾ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਇਹਨਾਂ ਨੇ ਠਾਰ ਲਈ ਹੋ ਸਕਦੀ ਆ। ਔਰ ਉਸ ਕੇਸ ਦੇ ਵਿੱਚ ਫਿਰ ਇੱਕ ਲੇਡੀ ਆ ਬਲਜੀਤ ਕੌਰ, ਜਿਹਨੂੰ ਹਰਿਆਣਾ ਪੁਲਿਸ ਦੇ ਨਾਲ ਸਾਂਝੇ ਓਪਰੇਸ਼ਨ ਦੇ ਵਿੱਚ ਉਸ ਲੇਡੀ ਨੂੰ ਕਸਟਡੀ 'ਚ ਲਿਆ ਗਿਆ। ਉਹ ਲੇਡੀ ਦੀ ਪੁੱਛਗਿੱਛ ਤੋਂ ਅੱਗੇ ਫਰਦਰ ਇਹ ਗੱਲ ਚੱਲੀ ਕਿ ਜਿਹੜੀ 19 ਤਰੀਕ ਦੀ ਰਾਤ ਸੀਗੀ, ਉਸ ਰਾਤ ਨੂੰ ਇਹ ਉਹਦੇ ਘਰ ਰੁਕਿਆ ਕੁਰੂਕਸ਼ੇਤਰ ਦੇ ਵਿੱਚ। ਇਹ ਜਿਹੜੀ ਲੇਡੀ ਆ ਇਹ ਪੱਪਲਪ੍ਰੀਤ ਨੂੰ ਪਿਛਲੇ 2.5 ਸਾਲ ਤੋਂ ਜਾਣਦੀ ਸੀਗੀ, ਬਲਜੀਤ ਕੌਰ ਆ ਲੇਡੀ ਦਾ ਨਾਮ। ਔਰ ਇਹਨੇ ਕਿਹਾ ਕਿ 2.5 ਸਾਲ ਤੋਂ ਪੱਪਲਪ੍ਰੀਤ ਇਹਦੇ ਟੱਚ ਸੀਗਾ, 19 ਤਰੀਕ ਨੂੰ ਕਰੀਬ ਰਾਤ ਨੂੰ ਉੱਥੇ ਪਹੁੰਚੇ ਆ, ਉੱਥੇ ਰਾਤ ਰੁਕੇ ਆ। ਉੱਥੋਂ ਦੀ ਵੀ ਇੱਕ CCTV ਫੁਟੇਜ ਸਾਨੂੰ ਮਿਲੀ ਆ ਜਿਹਦੇ ਵਿੱਚ ਜਿਹੜਾ ਹੈ ਉਹਦੀ ਤੋਰ ਦਿਖ ਰਹੀ ਆ, ਅੰਬਰੇਲਾ ਲਿਆ ਹੋਇਆ ਹੈ, ਫੇਸ ਜਿਹੜਾ ਹੈ ਉਹ ਨਹੀਂ ਆ, ਬਟ ਚਾਲ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਜਿਹੜਾ ਅੰਮ੍ਰਿਤਪਾਲ ਸਿੰਘ ਆ। ਸੋ ਇਸ ਲੇਡੀ ਨੂੰ ਅਰੈਸਟ ਕੀਤਾ ਹੈ। ਲੇਡੀ ਨੂੰ ਅਰੈਸਟ ਕਰਨ ਤੋਂ ਬਾਅਦ ਹੁਣ ਫਰਦਰ ਅੱਗੇ ਜਿਹੜੀਆਂ ਸਾਡੀਆਂ ਟੀਮਸ ਆ ਉਹਨੂੰ ਅੱਗੇ ਵੀ ਟ੍ਰੇਲ ਮਤਲਬ ਟ੍ਰੇਲ ਕਰ ਰਹੀਆਂ ਇਸ ਨੂੰ। ਔਰ ਮੈਨੂੰ ਉਮੀਦ ਆ ਕਿ ਜਿਸ ਅਗਰੈਸਿਵਨੈਸ ਦੇ ਨਾਲ ਸਾਰੀਆਂ ਟੀਮਸ ਲੱਗੀਆਂ ਹੋਈਆਂ ਜਲਦੀ ਇਹਨੂੰ ਜਿਹੜਾ ਵਾ ਲੋਕੇਟ ਕਰ ਲਿਆ ਜਾਵੇਗਾ। ਇਸ ਕੇਸ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਹੁਣ ਤੱਕ 207 ਬੰਦਿਆਂ ਨੂੰ ਡਿਟੇਨ ਕੀਤਾ ਸੀਗਾ, ਜਿਸ 'ਚੋਂ 30 ਦੀ ਅਰੈਸਟ ਪਾਈ ਜਾਏਗੀ। ਹੁਣ ਤੱਕ ਜਿਹੜੇ ਨੇ ਅੰਮ੍ਰਿਤਸਰ ਰੂਰਲ ਦੇ ਵਿੱਚ 3 ਕੇਸ ਰਜਿਸਟਰ ਹੋਏ ਆ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼, ਜਲੰਧਰ ਰੂਰਲ ਦੇ ਵਿੱਚ ਵੀ 3 ਕੇਸ ਰਜਿਸਟਰ ਹੋਏ ਆ, 12 ਦੇ ਕਰੀਬ ਇਸ ਕੇਸ 'ਚ ਵੈਪਨ ਮਿਲੇ ਆ ਸਾਨੂੰ, ਔਰ ਫਰਦਰ ਇਨਵੈਸਟੀਗੇਸ਼ਨ ਇਸ ਕੇਸ ਦੀ ਜਾਰੀ ਹੈ। ਇੱਕ ਹੋਰ ਜਿਹੜਾ ਹੈ ਬੰਦਾ ਅਰੈਸਟ ਕੀਤਾ ਹੈ ਖੰਨਾ ਪੁਲਿਸ ਨੇ, ਜਿਹਦਾ ਨਾਮ ਤਜਿੰਦਰ ਸਿੰਘ ਗਿੱਲ ਏਲੀਅਸ ਗੋਰਖਾ ਬਾਬਾ ਨਾਮ ਆ ਉਹਦਾ। ਉਹਦੇ ਵਿੱਚ FIR ਨੰਬਰ 23-22-3 ਨੂੰ ਦਰਜ ਕੀਤੀ ਆ ਉੱਥੇ ਪੁਲਿਸ ਸਟੇਸ਼ਨ ਮਲੌਦ ਦੇ ਵਿੱਚ, ਔਰ ਉਹਦੀ ਪੁੱਛਗਿੱਛ ਤੋਂ ਔਰ ਉਹਦੇ ਮੋਬਾਈਲ ਜਿਹੜੇ ਉਹਦੀਆਂ ਡਿਟੇਲਸ ਤੋਂ ਕਾਫੀ ਤੱਤ ਇਹੋ ਜਿਹੇ ਸਾਹਮਣੇ ਆਏ ਆ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਲੋਕ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀਗੇ, ਜਿਹਦੇ ਵਿੱਚ ਕੁਛ ਜਗ੍ਹਾ ਦੇ ਉੱਤੇ ਵੀਡੀਓਗ੍ਰਾਫਸ ਮਿਲੀਆਂ ਜਿਹਦੇ 'ਚ ਫਾਇਰਿੰਗ ਪ੍ਰੈਕਟਿਸ ਕਰ ਰਹੇ ਆ। ਜੱਲੂਵਾਲਾ ਖੇੜਾ ਨਦੀ ਦੇ ਕੰਢੇ 'ਤੇ ਇੱਕ ਫਾਇਰਿੰਗ ਰੇਂਜ ਬਣਾ ਕੇ ਉੱਥੇ ਪ੍ਰੈਕਟਿਸ ਕਰ ਰਹੇ ਆ। ਕੁਛ ਇਹਨਾਂ ਕੋਲੋਂ ਉਹਦੇ ਵਿੱਚ ਜਿਹੜੀਆਂ ਫੁਟੇਜਿਸ ਜਿਹੜੀਆਂ ਉਹਦੇ ਵਿੱਚ ਫੋਟੋਗ੍ਰਾਫਸ ਮਿਲੀਆਂ ਹੈ, ਉਹਦੇ 'ਚ ਜਿਹੜੀ ਅਨੰਦਪੁਰ ਖਾਲਸਾ ਫੌਜ ਦੇ ਹੋਲੋਗ੍ਰਾਮਸ ਬਣਾਏ ਹੋਏ ਆ ਇਹਨਾਂ ਨੇ, ਵੈਪਨਸ ਨੂੰ ਖੋਲਣ ਜੋੜਨ ਦੀਆਂ ਕੁਛ ਵੀਡੀਓਗ੍ਰਾਫਸ ਮਿਲੀਆਂ ਉਹਦੇ ਵਿੱਚ।
तो काफ़ी होर भी काफ़ी इस तो भी सेंसिटिव तो सीरीयस जोड़ा मटीरियल ये मिलया है जोड़ा इंडीकेट करता है भी ये जोड़े लोग आए एंटी नैशनल एक्टिविटीज़ के इनवॉल्व सके और देश विरोधी जोड़े काम से होर भी कई तरह के कर रहे थे फरदर वो पूछगिछ जारी है। सो इस तरह के जोड़े हार्डकोर बंदे इनवॉल्व आ इस केस के उन्होंने खिलाफ़ बहुत सख्त एक्शन लिया जाएगा और इस केस के हुण तक सारे पंजाब तो सारिया ने ही बड़ा योगदान दिता और सारिया वालों इस पूरे एपीसोड के क्योंकि यूथ जोड़ा पंजाब का वा आप सारे ने देखा जोड़े लोग 80 तो पहले दे पैदा हुए बड़ा माड़ा टाइम उन्होंने देखा है। सो जोड़े बच्चे 90 तो बाद पैदा हुए उन्होंने वक्त देखा नहीं असल वो करके उन्होंने पता नहीं है ये इंप्लीकेशन की है। सो ये सारे वास्ते एक लैसन भी है तद ही असी इस बहुत संवेदनशीलता के नाल देख के स्टैप लिया है कि भी किसी भी इनोसेंट तंग बिल्कुल नहीं किया जाएगा। तो कोई स्पेसिफिक क्वेश्चन होता तो एक बार मैं हिंदी में बोल देता हूँ। इस केस में सबसे पहले मैं बताना चाहूँगा कि पंजाब में जो सिचुएशन है बिल्कुल पीसफुल है। ऑनरेबल चीफ मिनिस्टर पंजाब लगातार सब ऑफिसर्स से सबसे टच में है, पूरे जो ये एक्शन हो रहा है उसको बहुत अच्छे तरीके से सुपरवाइज कर रहे हैं और उनकी तरफ से उन्होंने थैंक्स किया है पूरे पंजाब के वासियों का जिन्होंने इस पूरे एपिसोड में कम्युनल हार्मनी यूनिटी मेंटेन करके रखी है।